अचानक बारिश पड़ने से जहां मौसम ने बदलाव लिया, वहीं अब सर्दी का आगमन भी दिखाई दे रहा है। वहीं बीती देर से पंजाब के कई जिलों में अच्छी बारिश हुई तो कई जगह पर बूंदाबांदी भी हुई। वहीं दूसरी ओर मंडियों में धान की फसल की बोरियों के अंबार लगे हुए हैं जो खुले आसमान में भीग रहे हैं। मंडियों में लिफ्टिंग ना होने के कारण लाखों बोरियां बारिश में पड़ी हैं। भले ही सरकार मंडियों में हर तरह के पुख्ता प्रबंध होने की बात कर रही है, लेकिन मंडियों में बारिश के कारण किसानों और लेबर की चिंताएं बढ़ गई हैं। वहीं मौसम विभाग के मुताबिक आने वाले दिनों में फिर से बारिश होने की संभावना बताई जा रही है। मोगा से हलचल के लिए निशी मनचंदा की रिपोर्ट। नुकसान बहुत है भाई जी, नुकसान। पानी खड़ गया, घर झोने पानी खड़ गया ਅਤੇ ਹਜੇ ਬਸ ਸੂਰ ਦੱਸੀ ਆ ਰਹੀ ਹੈ। ਬਸ ਸੂਰ ਪੈ ਗਈ ਤਾਂ ਫਿਰ ਤਾਂ ਵੀ ਪੱਲੇ ਅੱਧਾ ਪੈਣਾ ਜੀ ਝੋਨੇ ਦਾ। ਗੱਲ ਕੀਤੀ ਜਾਵੇ ਬੋਰੀ ਬਹੁਤ ਪਈ, ਹਾਂਜੀ ਬਹੁਤ ਪਈ ਬੋਰੀ। ਜੇ ਬੋਰੀ ਚੱਕੀ ਜਾਊ ਲੈਫਟਿੰਗ ਹੋਊਗੀ ਫਿਰ ਹੀ ਬਾਅਦ ਝੋਨਾ ਆਇਆ ਤਾਂ ਫਿਰ ਹੀ ਇੱਥੇ ਲੈਣਾ ਝੋਨਾ। ਹੁਣ ਬਾਹਰ ਆ ਮੰਡੀਆਂ ਵੇਖੋ ਕਿਵੇਂ ਝੋਨਾ ਪਿਆ, ਢੇਰੀਆਂ ਡੁੱਬੀਆਂ ਪਈਆਂ, ਬਾਰੀਆਂ ਬੋਰੀਆਂ ਡੁੱਬੀਆਂ ਪਈਆਂ, ਇਹਦੇ ਕਰਕੇ ਜਿਹੜਾ ਨੁਕਸਾਨ। ਹਾਂਜੀ ਨੁਕਸਾਨ ਇਹਦੇ ਕਰਕੇ, ਬਾਕੀ ਖੇਤਾਂ 'ਚ ਖੜਾ ਝੋਨਾ ਉਹਦਾ ਵੀ ਨੁਕਸਾਨ ਆ ਜੀ। ਜੇ ਹੋਰ ਮੀਂਹ ਪੈ ਗਿਆ ਦੱਸੀ ਜਾਂਦੇ ਹੋਰ ਮੀਂਹ ਪੈਣਾ ਫਿਰ ਨੁਕਸਾਨ ਆ ਜੀ। ਨੁਕਸਾਨ ਜੀ ਜੇ ਹੁਣ ਨਾ ਪਵੇ ਮੀਂਹ, ਇਹਦਾ ਹਫ਼ਤਾ ਨਹੀਂ ਮਸ਼ੀਨਾਂ ਚੱਲਦੀਆਂ ਹਜੇ ਵੀ ਨਾ ਪਵੇ ਤਾਂ ਜੇਕਰ ਮੀਂਹ ਪੈਂਦਾ ਤਾਂ ਹਾਂ ਫਿਰ ਨੁਕਸਾਨ ਆ ਜੀ, ਅੱਧ ਪੱਲੇ ਪੈਣਾ ਫਿਰ ਤਾਂ ਜੀ। ਕਿਉਂ ਜਿਹੜੇ 26 ਝੋਨੇ ਜੀ ਆਏ ਪਏ ਆ ਜੋ ਇਹ ਬੇਮੌਸਮੀ ਬਾਰਿਸ਼ ਪਈ ਹੈ ਇਹਦੇ ਨਾਲ ਨੁਕਸਾਨ ਤਾਂ ਬਹੁਤ ਜ਼ਿਆਦਾ ਹੋਇਆ, ਕਿਉਂਕਿ ਤਕਰੀਬਨ 1.5-2 ਲੱਖ ਦੇ ਨੇੜੇ ਗੱਟਾ ਪਿਆ ਮੰਡੀ ਦੇ ਵਿੱਚ। ਜੋ ਗੱਟਾ ਇਹ ਗੱਲ ਪਿਆ ਅਤੇ ਉਹਦੇ ਨਾਲ 2.5 ਰੁਪਈਏ ਨਾਲ ਜੋ ਧਾਕ ਲਾਉਣ ਵਾਲੇ ਵੀ ਉਹ 2.5 ਰੁਪਏ ਨਾਲ ਧਾਕ ਲਾਉਂਦੇ ਆ, ਔਰ 2.5 ਰੁਪਏ ਨਾਲ ਨੁਕਸਾਨ ਚੌਧਰੀਆਂ ਦਾ ਬਹੁਤ ਜ਼ਿਆਦਾ ਹੋ ਰਿਹਾ, ਔਰ ਸ਼ੈਲਰ ਵਾਲੇ ਵੀ ਹੜਤਾਲ 'ਤੇ ਆ। ਸਰਕਾਰ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਜੋ ਸ਼ੈਲਰ ਵਾਲਾਂ ਦੀਆਂ ਮੰਗਾਂ ਉਹਨਾਂ ਨੂੰ ਮੰਗ ਕੇ ਔਰ ਮੰਡੀ ਦੇ ਵਿੱਚੋਂ ਜਲਦੀ ਤੋਂ ਜਲਦੀ ਲਿਫਟਿੰਗ ਕਰਾਈ ਜਾਵੇ, ਜੋ ਕਿ ਆਉਣ ਵਾਲੇ ਅਨਾਜ ਦਾ ਇੰਨੀ ਬੇਕਦਰੀ ਨਾ ਹੋਵੇ।